ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਟੀਵੀ 'ਤੇ, ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ 'ਚ। ਲਾਂਚ ਹੁੰਦੇ ਇਹ, ਲਾਂਚ ਜਿਵੇਂ ਰੋਕਟ ਨਹੀਂ ਲਾਂਚ ਹੁੰਦੇ, ਲਾਂਚ ਕਰ ਰਹੇ ਹਾਂ ਚੰਦਰਯਾਨ ਲਾਂਚ ਕਰ ਰਹੇ ਹਾਂ, ਇਹ ਲਾਂਚ ਹੁੰਦੇ ਆ ਇੱਦਾਂ ਰਾਜਨੀਤੀ 'ਚ ਵੀ, ਇਹਨੂੰ ਲਾਉਣ ਲੱਗਿਆ ਜੀ ਅੱਜ ਇਹਨੂੰ ਰਾਜਨੀਤੀ 'ਚ ਵੀ। ਇਹ ਉਹਨੇ ਮੈਂ ਚਲੋ ਸੁਣ ਲੈਂਦੇ ਹਾਂ ਭਾਸ਼ਣ ਦਿਓ, ਕਿਉਂਕਿ ਮੈਨੂੰ ਪਤਾ ਸਾਹਮਣਾ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਮੂਹਰੋਂ, ਸੁਣ ਲੈਂਦੇ ਹਾਂ। ਮੈਂ ਕਿਹਾ ਪਹਿਲੀਆਂ ਚਾਰ ਲਾਈਨਾਂ 'ਚ ਹੀ ਮੈਂ ਕਿਹਾ ਲੈ ਇਹਦਾ ਗਿਆ ਕੰਮ। ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ 'ਤੇ 144 ਕਰੋੜ ਰੁਪਈਏ ਖਰਚੇ। ਉਹਨੇ ਕੀ ਕਿਹਾ, ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ 'ਤੇ 144 ਕਰੋੜ ਰੁਪਈਏ ਖਰਚੇ। ਮੈਨੂੰ ਪਤਾ ਲੱਗ ਗਿਆ ਇਹਨੂੰ 100 ਤਾਂ ਕਹਿਣਾ ਆਉਂਦਾ, ਇਹਨੂੰ 44 ਨਹੀਂ ਕਹਿਣਾ ਆਉਂਦਾ। ਮੈਂ ਕਿਹਾ ਬਸ ਸਰ ਗਿਆ, ਬਸ ਫਿਰ ਆਹ ਤਾਂ ਹੈ, ਹੁਣ ਕੀ ਕਰੀਏ। ਇਹ 144 ਕਰੋੜ ਵਾਲੇ ਨੇ, ਕੀ ਉਮੀਦ ਕਰ ਲਉਂਗੇ ਉਹਨਾਂ ਤੋਂ, ਕੋਈ ਨੌਕਰੀਆਂ ਨਹੀਂ ਕੱਢੀਆਂ। ਆਹ ਹੁਣ ਕਿਵੇਂ ਦੇਈ ਜਾਂਦੇ ਆ ਜੀ ਨੌਕਰੀਆਂ, ਉਹੀ ਉਹੀ ਖਜ਼ਾਨਾ, ਉਹੀ ਸੈਕਟਰੀਏਟ ਹੈ, ਉਹੀ ਅਫਸਰ ਨੇ, ਹੁਣ ਕਿਵੇਂ ਹੋ ਜਾਂਦਾ। ਅੱਜ ਤੁਹਾਡੇ ਵਾਲੇ 417 ਪਾ ਕੇ 44,666, ਯਾਨੀ ਕਿ 2 ਚੌਕੇ 3 ਛੀਕੇ, 44,666 ਨੌਕਰੀਆਂ ਅੱਜ ਹੋ ਗਈਆਂ, ਅੱਜ ਮਿਲਾ ਕੇ। ਔਰ ਅਸੀਂ ਹਰ ਰੋਜ਼ ਕਰਦੇ ਹਾਂ, ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਛ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਕੇ ਆਇਆ, ਹਜੇ ਹੋਰ ਬਹੁਤ ਕਰਨੇ ਨੇ। ਅੱਛਾ ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ, ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ, ਕੋਈ PIL ਵਗੈਰਾ ਨਾ ਹੋਵੇ, ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਹਾਂ ਰੱਖ ਲਓ ਫੰਕਸ਼ਨ। ਅਸੀਂ ਨਹੀਂ ਚਾਹੁੰਦੇ, ਭਾਵੇਂ 400 ਬੰਦੇ ਦਾ ਰੱਖੋ 300 ਰੱਖੋ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਵੇ, ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ। ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ, ਉਹ 'ਚ ਵੀ ਫਿਰ ਆਪਦੇ ਰੱਖਦੇ ਸੀ ਸਾਰੇ। ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਿਫਾਰਿਸ਼ ਤੋਂ ਭੇਜ ਰਹੇ ਹਾਂ, ਵੱਖ ਵੱਖ ਕੁਰਸੀਆਂ 'ਤੇ ਬਿਠਾ ਰਹੇ ਹਾਂ। ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ੍ਹ ਨੂੰ, ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ, ਤੁਸੀਂ ਵੀ ਬਿਨਾਂ ਪੈਸੇ ਤੋਂ ਅਤੇ ਬਿਨਾਂ ਸਿਫਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ, ਉਹਦਾ ਦੁਨੀਆਂ 'ਚ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ। ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ, ਉਹਦਾ ਦੁਨੀਆਂ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ।